ਸੁਪਰੀਮ ਕੋਰਟ ਨੇ ਕੋਡ ਕੀਤਾ ਕਿ ਗੁਰੂ ਨਾਨਕ ਜੀ ਰਾਮ ਲੱਲਾ ਦੇ ਦਰਸ਼ਨ ਕਰਨ ਗਏ ਸੀ ਅਯੋਧਿਆ। ਇਹ ਜਵਾਬ ਨਹੀਂ ਦੇਣਾ ਬਣਦਾ ਪ੍ਰਬੰਧਕ ਕਮੇਟੀ ਦਾ, ਕਿਹੜਾ ਤੁਹਾਡਾ ਰਾਮ ਲੀਲਾ ਤੇ ਕਿਹਦੇ ਦਰਸ਼ਨ, ਕੌਣ ਗਿਆ ਤੇ ਕੀ ਪ੍ਰੂਫ ਉਹਦਾ। ਇਹ ਜਥੇਦਾਰ ਖੋਣ ਵਾਲਾ ਅੱਜ ਦੱਸੇ ਸਾਨੂੰ, ਇਹ ਜਵਾਬ ਕਿਹਨੇ ਦੇਣਾ? ਗੁਰੂ ਘਰ ਦਾ ਤੁਸੀਂ ਖਾ ਰਹੇ ਹੋ, ਪੰਥ ਦਾ ਠੇਕਾ ਤੁਸੀਂ ਲੈ ਰੱਖਿਆ ਤੇ ਸਾਡੀ ਜਲਾਲਤ ਹੋ ਰਹੀ ਹੈ ਕੋਰਟਾਂ ਦੇ ਵਿੱਚ। ਕੋਰਟਾਂ ਦੇ ਵਿੱਚ ਸਾਨੂੰ ਇੱਕ ਅੰਗ ਦੱਸਿਆ ਹਿੰਦੂਆਂ ਦਾ, ਤੇ ਇਹਦਾ ਜਵਾਬ ਕੌਣ ਦਊ? ਨਹੀਂ ਦੇ ਸਕਦੇ, ਕਿਉਂਕਿ ਨੌਕਰ ਨੇ ਤੇ ਨੌਕਰਾਂ ਨੇ ਨੌਕਰੀ ਕਰਨੀ ਹੁੰਦੀ ਹੈ, ਨਖਰਾ ਨਹੀਂ ਕਰ ਸਕਦੇ। ਤੇ ਇਸ ਟੱਬਰ ਨੇ ਸਾਨੂੰ ਵੇਚ ਰੱਖਿਆ ਸੈਂਟਰ ਸਰਕਾਰ ਕੋਲ। ਮੈਂ ਤੁਹਾਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਚ ਜਾਣਕਾਰੀ ਦੇ ਰਿਹਾ, ਸਾਨੂੰ ਸਾਡੀਆਂ ਸੰਸਥਾਵਾਂ ਦੇ ਥਰੂ ਗੁਲਾਮ ਕਰ ਰੱਖਿਆ ਇਸ ਬਾਦਲ ਪਰਿਵਾਰ ਨੇ। ਤੇ ਜਿੰਨੀ ਦੇਰ ਤੁਸੀਂ ਸੰਸਥਾਵਾਂ ਨਹੀਂ ਲੈਂਦੇ, ਉਨੀ ਦੇਰ ਤੱਕ ਅਸੀਂ ਆਜ਼ਾਦ ਨਹੀਂ ਹੋ ਸਕਦੇ, ਸਾਡਾ ਧਰਮ ਆਜ਼ਾਦ ਨਹੀਂ ਹੋ ਸਕਦਾ, ਸਾਡੇ ਲੀਡਰਾਂ ਤੇ ਕਿਸੇ ਨੂੰ ਕਿਸੇ ਦਾ ਰੋਹਬ ਨਹੀਂ ਹੋ ਸਕਦਾ। ਅੱਜ ਅਕਾਲ ਤਖ਼ਤ ਹੋਵੇ, ਉੱਥੇ ਪੰਥ ਦੇ ਗ੍ਰੰਥ ਦਾ ਸਿਧਾਂਤ ਹੋਵੇ, ਸੰਗਤ ਤੇ ਲੀਡਰਸ਼ਿਪ ਦੇ ਦਰਮਿਆਨ ਇਹ ਜਾਮਨ ਕੜੀ ਬਣਦੀ ਹੈ। ਸੰਗਤ ਨੂੰ ਹੁਕਮ ਦੇਣਾ ਹੋਵੇ ਤੇ ਯੋਗ ਹੁਕਮ ਗੁਰਮਤਾ ਬਣਾ ਕੇ ਪੰਥ ਸਿੰਘ ਦੇ ਸਕਦੇ, ਤੇ ਜੇ ਲੀਡਰ ਨੇ ਕੁਤਾਹੀ ਕੀਤੀ ਹੋਵੇ, ਕੌਮ ਨਾਲ ਗਦਾਰੀ ਕੀਤੀ ਹੋਵੇ, ਤੇ ਉਹਦਾ ਗਿਰੇਵਾਨ ਫੜ ਕੇ ਅਕਾਲ ਤਖ਼ਤ ਦੇ ਸਾਹਮਣੇ ਇਮਲੀ ਨਾਲ ਬੰਨਿਆ ਜਾ ਸਕਦਾ। ਇਹ ਆ ਜਾਮਣੀ, ਇਹ ਆ ਜਾਮਨ ਕੜੀ ਅਕਾਲ ਤਖ਼ਤ ਦੀ, ਇਹ ਆਪਣੇ ਹੱਥ ਚ ਲੈ ਲਈ ਉਹਨਾਂ ਨੇ।